ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਬੇਦਾਰ ਸਰਦਾਰ ਬਘੇਲ ਸਿੰਘ ਜੀ ਨੇ ਸੰਗਤ ਨੂੰ ਭਜਨ ਬੰਦਗੀ ਦੀ ਮਹਿਮਾ ਤੋਂ ਜਾਣੂ ਕਰਾਉਣ ਲਈ ਅਨੇਕਾਂ ਹੀ ਲੇਖ ਲਿਖੇ ਹਨ। ਉਹਨਾਂ ਲੇਖਾਂ ਵਿੱਚੋਂ ਇੱਕ ਲੇਖ ਅੱਜ ਤੁਹਾਨੂੰ ਸਰਵਣ ਕਰਾਉਣ ਜਾ ਰਹੇ ਹਾਂ ਜੀ। ਉਹ ਲਿਖਦੇ ਹਨ, ਮੇਰੇ ਇੱਕ ਮਿੱਤਰ ਆਪਣੇ ਬੇਟੇ ਦਾ ਜਨਮਦਿਨ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਕਰਦੇ ਸਨ। ਸੰਨ 1961 ਵਿੱਚ ਉਹਨਾਂ ਜਨਮਦਿਨ ਨਹੀਂ ਮਨਾਇਆ। ਪੁੱਛਣ 'ਤੇ ਕਹਿਣ ਲੱਗੇ, ਬੇਟਾ ਪੜ੍ਹਾਈ ਕਰਨ ਲਈ ਅਮਰੀਕਾ ਗਿਆ ਹੋਇਆ ਹੈ, ਉਸਦੀ ਗੈਰ ਹਾਜ਼ਰੀ ਵਿੱਚ ਉਸਦਾ ਜਨਮਦਿਨ ਮਨਾਉਣ ਦਾ ਕੋਈ ਅਰਥ ਨਹੀਂ। ਇਕਦਮ ਮੈਨੂੰ ਖਿਆਲ ਆਇਆ ਕਿ ਅਸੀਂ ਤਾਂ ਆਪਣੇ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਹਮੇਸ਼ਾ ਹੀ ਉਹਨਾਂ ਨੂੰ ਸੱਦਣ ਤੋਂ ਬਗੈਰ ਹੀ ਮਨਾ ਲੈਂਦੇ ਹਾਂ। ਕਿੰਨਾ ਚੰਗਾ ਹੋਵੇ ਜੇ ਅਸੀਂ ਇਸ ਵਾਰ ਹਜ਼ੂਰ ਅੱਗੇ ਬੇਨਤੀ ਕਰੀਏ, ਅਰਦਾਸ ਕਰੀਏ, ਵਾਸਤਾ ਪਾਈਏ ਕਿ ਉਹ ਆਪਣੇ ਪ੍ਰਗਟ ਦਿਵਸ 'ਤੇ ਸ਼ਾਮ ਹੋਣ 'ਤੇ ਸੰਗਤਾਂ ਨੂੰ ਭਾਗ ਲਾਉਣ। ਸੋ ਅਰਦਾਸ ਕੀਤੀ ਗਈ, ਅਰਜ਼ੀ ਭੇਜੀ ਗਈ, ਪਾਤਸ਼ਾਹ ਜੀ ਨੇ ਅਰਜ਼ੀ ਮਨਜ਼ੂਰ ਕਰ ਲਈ। 3 ਜਨਵਰੀ 1962 ਦੇ ਬੁੱਧਵਾਰ ਦੇ ਦਿਨ ਹਜ਼ੂਰ ਦਾ ਆਗਮਨ ਦਿਹਾੜਾ ਸੀ। ਅਸੀਂ ਇਹ ਸਮਝ ਕੇ ਉਸ ਦਿਨ ਪਾਤਸ਼ਾਹ ਦੇ ਪਾਤਸ਼ਾਹ ਨੂੰ ਅਨੇਕ ਥਾਵਾਂ 'ਤੇ ਸੱਦੇ ਆਏ ਹੋਣਗੇ, ਸਾਡੇ ਮੂਰਖਾਂ ਲਈ ਹਜ਼ੂਰ ਪਾਸ ਵਕਤ ਨਹੀਂ ਹੋਏਗਾ, ਇਸ ਲਈ ਅਗਲੇ ਬੁੱਧਵਾਰ 10 ਜਨਵਰੀ ਨੂੰ ਉਹਨਾਂ ਤੋਂ ਰਾਤ 8 ਵਜੇ ਤੋਂ 10 ਵਜੇ ਤੱਕ ਦਰਸ਼ਨ ਦੇਣ ਲਈ ਮਨਜ਼ੂਰੀ ਲਈ ਗਈ। ਸੰਗਤਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਭੇਟਾ ਲਈ ਮੂਲ ਮੰਤਰ ਦਾ 25 ਲੱਖ ਪਾਠ ਕੀਤਾ ਜਾਵੇ। ਸੋ ਸੰਗਤਾਂ ਨੇ ਖੁਸ਼ੀ ਖੁਸ਼ੀ ਆਪਸ ਵਿੱਚ ਵੰਡ ਲਿਆ। ਫੈਸਲਾ ਇਹ ਹੋਇਆ ਕਿ ਕੇਵਲ ਉਹੀ ਮਾਈ ਭਾਈ ਸਤਸੰਗਤ ਦੀ ਹਾਜ਼ਰੀ ਭਰ ਸਕਦਾ ਹੈ ਜੋ ਭੇਟਾ ਲੈ ਕੇ ਆਵੇਗਾ। ਸਿੱਧਕੀ ਬੰਦਿਆਂ ਨੇ ਆਪਣੇ ਦੂਰੋਂ ਨੇੜੇ ਵੱਸਦਿਆਂ ਰਿਸ਼ਤੇਦਾਰਾਂ ਨੂੰ ਵੀ ਇਹ ਸੂਚਨਾ ਕਰ ਦਿੱਤੀ। ਇੱਕ ਬੀਬੀ ਪ੍ਰੇਮ ਕੌਰ ਦੇ ਮਨ ਵਿੱਚ ਬੜੀ ਲਗਨ ਸੀ, ਪਰ ਉਸਦਾ ਪਤੀ ਨਹੀਂ ਚਾਹੁੰਦਾ ਸੀ ਕਿ ਰਾਤ ਨੂੰ ਦੂਰ ਘੁੱਪ ਹਨੇਰੇ ਵਿੱਚ ਉਹ ਸਤਸੰਗਤ ਵਿੱਚ ਜਾਵੇ। ਦੇਵਨੇਤ ਨਾਲ ਉਸਦੇ ਪਤੀ ਨੂੰ ਕੋਈ ਬਾਹਰ ਜਾਣਾ ਪੈ ਗਿਆ। ਉਹ ਖੁਸ਼ ਹੋ ਕੇ ਆਪਣੀ ਸਹੇਲੀ ਬੀਬੀ ਹਰਦਿਆਲ ਕੌਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਵੀ ਆਪਣੇ ਨਾਲ ਸਤਸੰਗ ਲਈ ਲੈ ਜਾਣ। ਇਸੇ ਤਰ੍ਹਾਂ ਮੇਰਾ ਇੱਕ ਵੀਰ ਸਰਦਾਰ ਭਗਵੰਤ ਸਿੰਘ ਅਤੇ ਹੋਰ ਕਈ ਮਿੱਤਰ ਵੀ ਜਲੰਧਰ ਤੋਂ ਆਏ। ਉਸਦੀ ਧਰਮ ਪਤਨੀ ਨੂੰ ਅਤੇ ਬੱਚਿਆਂ ਨੂੰ ਘਰ ਹੀ ਰਹਿਣਾ ਪਿਆ। ਸ਼ਹੀਦ ਸਿੰਘਾਂ ਦੀਆਂ ਫੌਜਾਂ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਉਹਨਾਂ ਆਪਣੇ ਡੇਰੇ ਲਗਾ ਲਏ। ਸੂਰਜ ਛਿਪਦੇ ਸਾਰ ਹੀ ਉਹਨਾਂ ਆਪਣੀ ਡਿਊਟੀ ਸੰਭਾਲ ਲਈ। ਸਾਰੀ ਸੰਗਤ ਨੂੰ ਸ਼ਾਮ 7 ਵਜੇ ਤੋਂ ਪਹਿਲਾਂ ਹਾਜ਼ਰੀ ਭਰਨ ਦਾ ਵਿਚਾਰ ਦਿੱਤਾ ਗਿਆ। ਸੜਕ 'ਤੇ ਇੱਕ ਵੀਰ ਦੀ ਡਿਊਟੀ ਲਗਾ ਦਿੱਤੀ ਕਿ ਉਹ ਆਉਣ ਵਾਲੀਆਂ ਸੰਗਤਾਂ ਤੋਂ ਉਹਨਾਂ ਦੀ ਭੇਟਾ ਦਾ ਵੇਰਵਾ ਲੈਂਦਾ ਜਾਏ। ਬੀਬੀ ਪ੍ਰੇਮ ਕੌਰ ਅਤੇ ਉਸਦੇ ਸਾਥੀਆਂ ਨੂੰ ਪਤਾ ਨਹੀਂ ਸੀ ਕਿ ਅੰਦਰ ਕੇਵਲ ਉਹੀ ਜਾ ਸਕਦਾ ਹੈ ਜਿਸਨੇ ਭੇਟਾ ਲਿਆਂਦੀ ਹੋਵੇ। ਜਦ ਉਹ ਉੱਥੇ ਪਹੁੰਚੇ ਤਾਂ ਬਾਹਰ ਖੜ੍ਹੇ ਵੀਰ ਨੇ ਉਹਨਾਂ ਤੋਂ ਭੇਟਾ ਮੰਗੀ। ਉਸਨੇ ਦੱਸਿਆ ਕਿ ਭੇਟਾ ਕੇਵਲ ਮੂਲ ਮੰਤਰਾਂ ਦੇ ਪਾਠ ਦੀ ਹੀ ਲੈਣੀ ਹੈ, ਜੋ ਉਹਨਾਂ ਨੇ ਨਹੀਂ ਕੀਤੇ ਸਨ। ਉਹ ਨਿਰਾਸ਼ ਹੋ ਕੇ ਮੁੜਨ ਹੀ ਲੱਗੇ ਸਨ ਕਿ ਉਹਨਾਂ ਵਿੱਚੋਂ ਇੱਕ ਨੂੰ ਫੁਰਨਾ ਫੁਰਿਆ ਕਿ ਪਾਠ ਹੁਣ ਕਰ ਲੈਂਦੇ ਹਾਂ, ਇਹ ਜ਼ਰੂਰੀ ਨਹੀਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਕੀਤਾ ਜਾਵੇ। ਖੜ੍ਹੇ ਖੜੋਤੇ ਇੱਕ ਨੇ 5, ਦੂਜੇ ਨੇ 7, ਤੀਸਰੇ ਨੇ 9 ਪਾਠ ਕਰ ਲਏ। ਜਦ ਉਹਨਾਂ ਦੇ ਪਾਠ ਰਜਿਸਟਰ ਵਿੱਚ ਲਿਖੇ ਗਏ ਤਾਂ ਬਾਕੀਆਂ ਦੀ ਗਿਣਤੀ ਪੜ੍ਹ ਕੇ ਉਹਨਾਂ ਨੂੰ ਕੁਝ ਲੱਜਿਆ ਆਈ
ਖੈਰ ਉਹਨਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਮਿਲ ਗਈ। ਅੰਦਰ ਆਗਮਨ ਦੇ ਸ਼ਬਦ ਪੜ੍ਹੇ ਜਾ ਰਹੇ ਸਨ। ਸੰਗਤਾਂ ਝੂਮ ਝੂਮ ਕੇ 8 ਵੱਜਣ ਦੀ ਉਡੀਕ ਕਰ ਰਹੀਆਂ ਸਨ। ਅਖੀਰ 8 ਵੱਜ ਗਏ ਪਰ ਹਜ਼ੂਰ ਪ੍ਰਗਟ ਨਹੀਂ ਹੋਏ। ਕੁਝ ਤਰਾਸ ਸੀ ਕਿ ਹੋ ਸਕਦਾ ਹੈ ਕਿ ਘੜੀਆਂ ਦੇ ਵਕਤ ਵਿੱਚ ਫਰਕ ਹੋ ਗਿਆ ਹੋਵੇ। 8:05 ਅਤੇ ਅਖੀਰ 8:10 ਹੋ ਗਏ। ਹੁਣ ਸਾਡੇ ਸਬਰ ਦਾ ਪਿਆਲਾ ਭਰ ਗਿਆ। ਦਾਸ ਨੇ ਭੁੱਬਾਂ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ। ਗਿੜਗਿੜਾ ਕੇ ਮਾਫ਼ੀ ਮੰਗੀ ਕਿ ਸ਼ਾਇਦ ਭੇਦ ਦੇ ਪ੍ਰਗਟ ਕਰਨ ਦਾ ਇਹ ਫਲ ਹੋਵੇ। ਮੈਨੂੰ ਵੇਖ ਕੇ ਸਾਰੀ ਸੰਗਤ ਵਿੱਚ ਕਰੁਣਾ ਰਸ ਛਾ ਗਿਆ ਅਤੇ ਸੰਗਤ ਵਿੱਚ ਬੈਠੇ ਤਕਰੀਬਨ 400 ਵੀਰ ਭੈਣਾਂ ਧਾਹਾਂ ਮਾਰਨ ਲੱਗ ਪਏ। 8:15 ਹੋ ਗਏ, ਫਿਰ 8 ਵੀ ਹੋ ਗਏ ਅਤੇ ਅਖੀਰ 8:25 ਵੀ ਘੜੀ ਨੇ ਵਜਾ ਦਿੱਤੇ। ਆਸ ਪਾਸ ਦੇ ਲੋਕ ਘਰ ਦੇ ਦੁਆਲੇ ਆ ਖੜ੍ਹੇ ਹੋਏ ਕਿ ਪਤਾ ਨਹੀਂ ਇੱਥੇ ਕੀ ਹੋ ਗਿਆ ਹੈ। ਦਰਵਾਜ਼ੇ ਅੰਦਰੋਂ ਬੰਦ ਹੋਣ ਕਰਕੇ ਉਹ ਅੰਦਰ ਨਹੀਂ ਸੀ ਆ ਸਕਦੇ। ਯਕਾਯਕ ਇੱਕ ਲਿਸ਼ਕਾਰਾ ਪਿਆ ਅਤੇ ਸਾਰੀ ਸੰਗਤ ਵਿੱਚ ਸੰਨਾਟਾ ਛਾ ਗਿਆ। ਸਾਰੇ ਹੀ ਇੱਕ ਜ਼ਬਾਨ ਹੋ ਕੇ ਪੁਕਾਰ ਉੱਠੇ ਕਿ ਆ ਗਏ ਨੇ ਜੀ, ਆ ਗਏ ਨੇ, ਬਾਜਾਂ ਵਾਲੇ ਆ ਗਏ ਨੇ। ਪਾਤਸ਼ਾਹਾਂ ਦੇ ਪਾਤਸ਼ਾਹ ਦਰਵਾਜ਼ੇ ਦੇ ਅੱਗੇ ਖੜ੍ਹੇ ਹੋ ਗਏ। ਫਰਮਾਇਆ ਕਿ ਅਸੀਂ 8 ਪੁੱਜ ਜਾਣਾ ਸੀ ਪਰ ਸਾਨੂੰ ਇੱਕ ਬੀਬੀ ਨੇ ਰਾਹ ਵਿੱਚ ਜਲੰਧਰ ਰੋਕ ਲਿਆ। ਉਹ ਵਾਸਤੇ ਪਾਉਂਦੀ ਸੀ ਕਿ ਤੁਸੀਂ ਮੇਰੇ 'ਤੇ ਵੀ ਤਰਸ ਕਰੋ ਅਤੇ ਕੁਝ ਮਿੰਟ ਲਈ ਹੀ ਮਿਲ ਜਾਓ। ਅਸੀਂ ਜਦ ਪਾਸ ਪੁੱਜੇ ਤਾਂ ਉਸਨੇ ਸਾਡੇ ਚਰਨਾਂ ਨੂੰ ਪਕੜ ਲਿਆ ਅਤੇ ਪ੍ਰੇਮ ਵਿੱਚ ਹੋਣ ਕਰਕੇ ਹਿੱਲਣ ਹੀ ਨਹੀਂ ਦਿੱਤਾ। ਹੁਣ ਬੜੀ ਮੁਸ਼ਕਲ ਨਾਲ ਉਸਨੂੰ ਮਨਾ ਕੇ ਆਏ ਹਾਂ। ਪ੍ਰਭੂ ਦੇ ਪਿਆਰ ਵਿੱਚ ਜੇ ਕੋਈ ਇੱਕ ਅੱਥਰੂ ਕੇਰਦਾ ਹੈ ਤਾਂ ਉਸਦੇ ਲੱਖਾਂ ਪਾਪ ਮਿੱਟ ਜਾਂਦੇ ਹਨ। ਤੁਸਾਂ ਤਾਂ ਲਗਾਤਾਰ 15 ਅੱਥਰੂ ਵਗਾਏ ਹਨ ਜਿਸ 'ਤੇ ਅਸੀਂ ਪ੍ਰਸੰਨ ਹੋ ਕੇ ਤੁਹਾਨੂੰ ਸਭ ਨੂੰ ਵਰ ਦਿੰਦੇ ਹਾਂ ਕਿ ਤੁਸੀਂ ਜੋ ਵੀ ਮੰਗੋਗੇ ਉਹ ਅਕਾਲ ਪੁਰਖ ਦੀ ਮਿਹਰ ਨਾਲ ਅਵਸ਼ ਪੂਰਾ ਹੋ ਜਾਵੇਗਾ। ਸਭ ਤੋਂ ਪਹਿਲਾਂ ਮੇਰਾ ਵੱਡਾ ਲੜਕਾ ਰਵੀਕੇਸ਼ ਸਿੰਘ ਜੋ ਫੌਜ ਵਿੱਚ ਅਫਸਰ ਬਣਨਾ ਚਾਹੁੰਦਾ ਸੀ ਅਤੇ 5 ਤੋਂ ਸਿਰ ਤੋੜ ਕੋਸ਼ਿਸ਼ ਕਰ ਰਿਹਾ ਸੀ, ਫਿਰ ਵੀ ਚੁਣਿਆ ਨਹੀਂ ਗਿਆ। ਹੁਣ ਉਸਦੀ ਉਮਰ ਵੀ ਟੱਪ ਗਈ। ਉੱਠਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਮਨ ਦੀ ਇੱਛਾ ਪੂਰੀ ਕਰੋ। ਮਹਾਰਾਜ ਨੇ ਫਰਮਾਇਆ ਕਿ ਮਨ ਦੀ ਇੱਛਾ ਪੂਰੀ ਨਹੀਂ ਹੋਵੇਗੀ। ਉਹ ਰੋਣ ਲੱਗ ਪਿਆ, ਕਹਿਣ ਲੱਗਾ, ਤੁਸੀਂ ਆਪ ਹੀ ਤਾਂ ਕਿਹਾ ਹੈ ਜੋ ਮੰਗੋਗੇ ਉਹ ਮਿਲੇਗਾ। ਕਲਗੀਧਰ ਜੀ ਕਹਿਣ ਲੱਗੇ, ਤੂੰ ਸਪਸ਼ਟ ਦੱਸ ਕੇ ਤੈਨੂੰ ਕੀ ਚਾਹੀਦਾ ਹੈ ਤਾਂ ਕਿ ਹੋਰਨਾਂ ਨੂੰ ਵੀ ਪਤਾ ਲੱਗੇ ਕਿ ਜੋ ਤੂੰ ਮੰਗਿਆ ਹੈ ਉਹ ਮਿਲ ਗਿਆ। ਇੱਛਾ ਪੂਰਨ ਵਾਲੀ ਗੱਲ ਤਾਂ ਕੱਚੀ ਹੈ। ਅੱਗੋਂ ਕਾਕੇ ਨੇ ਰੋਂਦੇ ਹੋਏ ਕਿਹਾ, ਜੀ ਮੈਂ ਫੌਜ ਦਾ ਅਫਸਰ ਬਣਨਾ ਚਾਹੁੰਦਾ ਹਾਂ। ਹਜ਼ੂਰ ਨੇ ਸੁਭਹਿਕੀ ਫਰਮਾਇਆ, ਇਹ ਵੀ ਕੋਈ ਵੱਡੀ ਗੱਲ ਹੈ, ਬਣ ਜਾਵੇਂਗਾ। ਅਗਲੇ ਸਾਲ ਜਦ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਗਿਆ ਤਾਂ ਉਹ ਫੌਜੀ ਅਫਸਰ ਦੀ ਵਰਦੀ ਵਿੱਚ ਹਾਜ਼ਰ ਹੋਇਆ ਅਤੇ ਜਰਨੈਲਾਂ ਦੇ ਜਰਨੈਲ, ਪਾਤਸ਼ਾਹਾਂ ਦੇ ਪਾਤਸ਼ਾਹ ਦੇ ਚਰਨੀ ਲੱਗਾ। ਹੁਣ ਉਹਨਾਂ ਦੀ ਬਖਸ਼ਿਸ਼ ਨਾਲ ਲੈਫਟੀਨੈਂਟ ਕਰਨਲ ਬਣਿਆ ਹੋਇਆ ਹੈ। ਇਸ ਪਿੱਛੋਂ ਸੰਗਤ ਵਿੱਚੋਂ ਵਾਰੀ ਵਾਰੀ ਕਈ ਜਾਣੇ ਉੱਠਦੇ ਰਹੇ ਅਤੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਰਹੇ। ਇੱਕ ਬੱਚਾ ਕਹਿਣ ਲੱਗਾ ਕਿ ਮੈਨੂੰ ਮੇਰੇ ਸਾਥੀ ਤੀਰਾ ਕਹਿੰਦੇ ਹਨ। ਉਸਦੀ ਤੀਰ ਵੀ ਪਾਤਸ਼ਾਹ ਨੇ ਦੂਰ ਕਰ ਦਿੱਤੀ। ਰੋਗੀਆਂ ਦੇ ਰੋਗ ਤੁਰੰਤ ਹੀ ਦੂਰ ਹੋ ਗਏ। ਬੇ ਔਲਾਦਾਂ ਨੇ ਔਲਾਦ ਮੰਗੀ, ਧੀਆਂ ਵਾਲਿਆਂ ਨੇ ਪੁੱਤ ਮੰਗੇ, ਮੁਕੱਦਮੇ ਜਿੱਤਣ ਲਈ ਪ੍ਰਾਰਥਨਾ ਕੀਤੀ ਗਈ। ਗੱਲ ਕੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ।
ਜਦ ਸਾਰੇ ਹੀ ਆਪਣੀਆਂ ਮੰਗਾਂ ਪੂਰੀਆਂ ਕਰ ਚੁੱਕੇ ਤਾਂ ਪਾਤਸ਼ਾਹ ਜੀ ਨੇ ਨਾਮ ਲੈ ਕੇ ਬੀਬੀ ਪ੍ਰੇਮ ਕੌਰ ਨੂੰ ਆਪਣੇ ਪਾਸ ਸੱਦਿਆ ਅਤੇ ਕਹਿਣ ਲੱਗੇ, ਤੂੰ ਕਿਉਂ ਨਹੀਂ ਕੁਝ ਮੰਗਿਆ? ਉਹ ਡਡਿਆ ਕੇ ਚਰਨਾਂ 'ਤੇ ਢਹਿ ਪਈ ਅਤੇ ਕਹਿਣ ਲੱਗੀ ਕਿ ਮੈਂ ਤਾਂ ਕੇਵਲ 5 ਪਾਠ ਹੀ ਮੂਲ ਮੰਤਰ ਦੇ ਕੀਤੇ ਹਨ, ਮੈਂ ਕਿਹੜੇ ਮੂੰਹ ਨਾਲ ਮੰਗ ਸਕਦੀ ਹਾਂ? ਮੇਰੀ ਪੋਜ਼ੀਸ਼ਨ ਉਸ ਘਾਈ ਵਰਗੀ ਹੈ ਜੋ ਟਕਾ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਭੇਟਾ ਕਰਨ ਗਿਆ ਸੀ ਅਤੇ ਸ਼ਰਮ ਦਾ ਮਾਰਾ ਟਕਾ ਅੱਗੇ ਨਹੀਂ ਸੀ ਧਰਦਾ, ਤਾਂ ਗੁਰੂ ਸਾਹਿਬ ਜੀ ਨੇ ਆਪ ਮੰਗ ਕੇ ਉਸ ਪਾਸੋਂ ਟਕਾ ਲਿਆ ਸੀ। ਪਾਤਸ਼ਾਹ, ਜੇ ਤਰੁੱਠੇ ਹੋ ਤਾਂ ਵਰ ਦਿਓ ਕਿ ਮੇਰੇ ਪਤੀ ਦੇਵ ਮੈਨੂੰ ਨਾਲ ਲੈ ਕੇ ਇਸ ਸੁਭਾਗੇ ਸਤਸੰਗ ਵਿੱਚ ਹਰ ਬੁੱਧਵਾਰ ਨੂੰ ਰਾਤ ਵੇਲੇ ਆਇਆ ਕਰਨ। ਫਿਰ 5 ਸ਼ਬਦ ਹਜ਼ੂਰ ਦੀ ਹਜ਼ੂਰੀ ਵਿੱਚ ਪੜ੍ਹੇ ਗਏ। ਉਹਨਾਂ ਨੇ ਦਾਸ ਨੂੰ ਉਹ ਕਵਿਤਾ ਸੁਣਾਉਣ ਲਈ ਕਿਹਾ ਜੋ ਦਾਸ ਆਮ ਹੀ ਸੰਗਤਾਂ ਵਿੱਚ ਪੜ੍ਹਿਆ ਕਰਦਾ ਸੀ, ਜਿਸ ਨੂੰ ਸੁਣ ਕੇ ਉਹ ਗਦਗਦ ਹੋ ਗਏ। 10:30 ਵਜੇ ਭੋਗ ਪਿਆ, ਕੜਾਹ ਪ੍ਰਸ਼ਾਦ ਵਰਤਾ ਕੇ ਚਾਹ ਦੀ ਸੇਵਾ ਹੋਈ। 11 ਵਜੇ ਨਾਲ ਹਜ਼ੂਰ ਨੇ ਵਾਪਸ ਪਰਤਣ ਦੀ ਤਿਆਰੀ ਕਰ ਲਈ ਅਤੇ ਸਾਰੀ ਸੰਗਤ ਨੇ ਘਰੋਂ ਬਾਹਰ ਜਾ ਕੇ ਉਹਨਾਂ ਨੂੰ ਵਿਦਾ ਕੀਤਾ। ਇਹ ਸਿਲਸਿਲਾ ਕੁਝ ਸਾਲ ਚੱਲਦਾ ਰਿਹਾ। ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਗਟ ਦਿਵਸਾਂ 'ਤੇ ਉਹਨਾਂ ਦੇ ਦਰਸ਼ਨ ਕਰਦੇ ਰਹੇ। ਅਗਲੇ ਸਾਲ ਦਾਸ ਦੀ ਬਦਲੀ ਅਲਵਰ ਹੋ ਗਈ, ਉੱਥੇ ਵੀ ਮਿਹਰਾਂ ਹੁੰਦੀਆਂ ਰਹੀਆਂ। 1964 ਵਿੱਚ ਜਦ ਅਸੀਂ ਪੰਥ ਦੇ ਬਾਨੀ ਦਾ ਪ੍ਰਕਾਸ਼ ਉਤਸਵ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਤਾਂ ਉੱਥੋਂ ਦੇ ਸਟੇਸ਼ਨ ਕਮਾਂਡਰ ਲੈਫਟੀਨੈਂਟ ਕਰਨਲ ਰਜਿੰਦਰ ਸਿੰਘ ਨੇ ਮੰਗ ਕੀਤੀ ਕਿ ਇਹ ਗੁਰਪੁਰਬ ਉਹਨਾਂ ਦੇ ਨਿਵਾਸ ਅਸਥਾਨ 'ਤੇ ਮਨਾਇਆ ਜਾਵੇ। ਸੰਗਤਾਂ ਨੇ ਪ੍ਰਵਾਨਗੀ ਦੇ ਦਿੱਤੀ ਅਤੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਹੋ ਗਈਆਂ। ਜਦ ਗੁਰਪੁਰਬ ਵਿੱਚ ਕੇਵਲ 2 ਦਿਨ ਹੀ ਰਹਿ ਗਏ ਸਨ ਤਾਂ ਸ਼ਾਮ ਨੂੰ ਆਮ ਦਿਨਾਂ ਦੀ ਤਰ੍ਹਾਂ ਕਰਨਲ ਸਾਹਿਬ ਆਪਣੀ ਸ਼੍ਰੀਮਤੀ ਨੂੰ ਨਾਲ ਲੈ ਕੇ ਸਾਡੇ ਘਰ ਆਏ। ਚੁੱਪ ਚਾਪ ਸਿਰ ਨੀਵਾਂ ਕਰਕੇ ਬੈਠ ਗਏ ਅਤੇ ਮੈਨੂੰ ਕਹਿਣ ਲੱਗੇ ਕਿ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਦਿਓ ਕਿ ਉਹ ਨਾ ਆਉਣ। ਮੇਰੇ ਵੱਸ ਤੋਂ ਗੱਲ ਬਾਹਰ ਹੋ ਗਈ। ਮੈਂ ਉਹਨਾਂ ਤੋਂ ਕਾਰਨ ਪੁੱਛਦਾ ਸੀ ਪਰ ਉਹ ਦੱਸਣ ਨੂੰ ਤਿਆਰ ਨਹੀਂ ਸਨ। ਅਖੀਰ ਵਿੱਚ ਉਹਨਾਂ ਨੇ ਦੱਸਿਆ ਕਿ ਉਸ ਨੂੰ ਆਰਮੀ ਹੈੱਡਕੁਆਰਟਰ ਤੋਂ ਇੱਕ ਚਿੱਠੀ ਆ ਗਈ ਹੈ ਜਿਸ ਵਿੱਚ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਣਾ ਬੰਦ ਕਰ ਦੇਣ। ਕਹਿਣ ਲੱਗੇ ਕਿ ਬ੍ਰਿਗੇਡੀਅਰ ਬਣਨ ਵਾਲਾ ਹਾਂ, ਇਹ ਨਾ ਹੋਵੇ ਕਿ ਮੇਰਾ ਚਾਂਸ ਹੀ ਖਰਾਬ ਹੋ ਜਾਵੇ। ਮੈਂ ਬਥੇਰਾ ਸਮਝਾਇਆ ਕਿ ਪਾਤਸ਼ਾਹਾਂ ਦੇ ਪਾਤਸ਼ਾਹ, ਜਰਨੈਲਾਂ ਦੇ ਜਰਨੈਲ ਤੇਰੇ ਘਰ ਆ ਰਹੇ ਹਨ, ਤੂੰ ਕਿਉਂ ਡਰਦਾ ਹੈ? ਬ੍ਰਿਗੇਡੀਅਰ ਤਾਂ ਇੱਕ ਪਾਸੇ ਰਿਹਾ, ਉਹ ਤੈਨੂੰ ਜਨਰਲ ਬਣਾ ਦੇਣਗੇ। ਪਰ ਉਹਨਾਂ ਦੇ ਸਿਰ 'ਤੇ ਡਰ ਦਾ ਭੂਤ ਇੰਨਾ ਸਵਾਰ ਸੀ ਕਿ ਉਹ ਮੇਰੇ ਕਿਸੇ ਸੁਝਾਅ ਨੂੰ ਸੁਣਨ ਲਈ ਤਿਆਰ ਨਹੀਂ ਸਨ, ਬਸ ਮਾਫ਼ੀ ਦੀ ਰੱਟ ਲਗਾਈ ਜਾ ਰਹੇ ਸਨ। ਉਹਨਾਂ ਨੇ ਮੇਰਾ ਮੂੰਹ ਕਾਲਾ ਕਰਾਉਣਾ ਸੀ, ਉਹ ਕਰਾ ਦਿੱਤਾ। ਮੈਨੂੰ ਦੁਖੀ ਹੋ ਕੇ ਮਾਫ਼ੀ ਮੰਗਣੀ ਪਈ ਅਤੇ ਸ਼ਰਮ ਦੇ ਮਾਰੇ ਮੈਨੂੰ ਲੁਕਣ ਲਈ ਕੋਈ ਥਾਂ ਨਹੀਂ ਸੀ ਲੱਭ ਰਹੀ। ਪਾਤਸ਼ਾਹ ਤੋਂ ਤਾਂ ਮੈਂ ਝੂਠਾ ਹੋਣਾ ਹੀ ਸੀ, ਦੁਨੀਆ ਤੋਂ ਵੀ ਝੂਠਾ ਹੋ ਗਿਆ। ਕਈ ਸਾਲ ਜ਼ੁਰਅਤ ਨਹੀਂ ਕੀਤੀ ਕਿ ਉਹਨਾਂ ਨੂੰ ਪ੍ਰਕਾਸ਼ ਉਤਸਵ 'ਤੇ ਮੁੜ ਬੁਲਾਵਾਂ। ਹੁਣ ਉਸ ਕਰਨਲ ਦੀ ਸੁਣੋ। ਪਾਤਸ਼ਾਹ ਤੋਂ ਮੂੰਹ ਮੋੜਨ ਦਾ ਉਸਨੂੰ ਇਹ ਫਲ ਮਿਲਿਆ ਕਿ ਉਸ 'ਤੇ ਕੇਸ ਬਣ ਗਿਆ ਅਤੇ ਸਿੱਟੇ ਵਜੋਂ ਮੇਜਰ ਰਿਵਰਟ ਕੀਤਾ ਗਿਆ ਅਤੇ ਕੰਪਲਸਰੀ ਰਿਟਾਇਰਮੈਂਟ ਦਿੱਤੀ ਗਈ। ਫੌਜ ਤੋਂ ਬਾਹਰ ਆ ਕੇ ਉਸਨੂੰ ਮੈਂ ਆਪਣੀਆਂ ਅੱਖਾਂ ਨਾਲ ਟਰੱਕ ਡਰਾਈਵਰੀ ਕਰਦੇ ਦੇਖਿਆ ਹੈ।
ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਗਟ ਹੋਣ ਦੇ ਗੁਰਪੁਰਬ ਹਰ ਸਾਲ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਪਰ ਮਜਾਲ ਕੀ ਕਿਸੇ ਵੀ ਪ੍ਰਬੰਧਕ ਕਮੇਟੀ ਨੇ ਕਦੇ ਸੋਚਿਆ ਹੋਵੇ ਕਿ ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਵੀ ਅਰਜ਼ੋਈ ਕੀਤੀ ਜਾਵੇ ਕਿ ਸਾਨੂੰ ਨਿਵਾਜਣ ਲਈ ਉਹ ਇੱਕ ਫੇਰਾ ਗੁਰਦੁਆਰੇ ਪਾ ਜਾਵਣ। ਸਗੋਂ ਸਾਡੇ ਗੁਰਪੁਰਬ ਤਾਂ ਹੁਣ ਇੱਕ ਪ੍ਰਕਾਰ ਦਾ ਮੇਲਾ ਹੀ ਬਣ ਗਏ ਹਨ। ਇੱਕ ਵਾਰੀ ਅੰਮ੍ਰਿਤ ਦੇ ਦਾਤੇ ਕਲਗੀਧਰ ਪਾਤਸ਼ਾਹ ਜੀ ਦੇ ਆਗਮਨ ਦਿਹਾੜੇ 'ਤੇ ਚੰਡੀਗੜ੍ਹ ਵਿੱਚ ਗੁਰਦੁਆਰੇ ਵਿੱਚ ਕਥਾ ਕਰਕੇ ਮੈਂ ਉੱਠਿਆ ਸਾਂ ਤਾਂ ਇੱਕ ਸਰਦਾਰ ਜੀ ਆਪਣੇ 6-7 ਸਾਲ ਦੇ ਉਮਰ ਦੇ ਬਾਲਕ ਨੂੰ ਮੇਰੇ ਪਾਸ ਲਿਆ ਕੇ ਕਹਿਣ ਲੱਗੇ, ਇਸ ਦੀ ਵੀ ਤਸੱਲੀ ਕਰਾਓ। ਬੱਚੇ ਨੇ ਕਿਹਾ, ਗੁਰੂ ਗੋਬਿੰਦ ਸਿੰਘ ਜੀ ਕਿੱਥੇ ਹਨ? ਮੈਂ ਉਹਨਾਂ ਨੂੰ ਹੈਪੀ ਬਰਥਡੇ ਟੂ ਯੂ ਕਹਿਣਾ ਹੈ। ਮੇਰੇ ਪਾਸ ਇਸ ਦਾ ਕੋਈ ਉੱਤਰ ਨਹੀਂ ਸੀ। ਦੁਖੀ ਹੋ ਕੇ ਕਹਿਣਾ ਪਿਆ ਕਿ ਕਮੇਟੀ ਵਾਲਿਆਂ ਨੇ ਉਹਨਾਂ ਨੂੰ ਸੱਦਿਆ ਹੀ ਨਹੀਂ। ਬਾਲਕ ਹੈਰਾਨ ਹੋ ਕੇ ਬੋਲਿਆ, ਫਿਰ ਜਨਮਦਿਨ ਮਨਾਉਣ ਦਾ ਕੀ ਮਤਲਬ, ਜਦ ਕਿ ਜਿਸ ਦਾ ਜਨਮਦਿਨ ਹੋਵੇ ਉਸਨੂੰ ਹੀ ਨਾ ਸੱਦਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।